दिल्ली पुलिस की तशद्दद दा हिक डाके सामना कर चुके भाई रणजीत सिंह नू कौम वल्लों बहुत प्यार ते सन्मान दिता जा रहा। हुण भाई रणजीत सिंह ने आप सब दे रूबरू हो के इस मान सन्मान दे लई कौम दा अते दिल्ली सिख गुरद्वारा प्रबंधक कमेटी दे प्रधान मनजिंदर सिंह सिरसा दा धन्नवाद कीता। नाल ही भाई रणजीत सिंह ने एक बार फिर तो किसान संघर्ष च लोकां वल्लों शमूलियत करन दी अपील कीती गई आ। गुरु महाराज दा ते जिन्हें भी देशां विदेशां विच रहिंदे संगतां दा ते दिल्ली दियां संगतां दा ते खास करके मनजिंदर सिंह सिरसा जी दा ते जिन्ने भी अंदोलन नाल दिल तों जुड़े हो बंदे ते उन्हां तह दिल धन्नवाद करदा। बड़ा माण बख्शिया जी, मैं सोचा भी नहीं सी कि कौम इन्ना प्यार दूगी। महाराज ने कृपा की, उदों भी मैं थोड़े विच हाजिर होया सी ते हुण इस वेले भी हाजिर हाँ जी। तो लगभग तुसीं जाणी जाणो उदण की होया, मेरे ना की हादसा वापरिया। तो बाकी महाराज ने उदों बड़ी कृपा रखी, तो फुलां वांगू रखिया जिदा कहिंदे हुंदे आ जी। तो गां थानू एक मैं जाने के बेनती करन जाना नौजवानों नूं खास करके, तो जिन्हें भी अपने पंजाब च जां हरियाणे च कितें भी जो अंदोलन प्यार करदे सी, जो अज तक नहीं आए, अज तक नहीं आए, तो एक पहल मैं गल कहनी चाहना, ਸਾਡੇ ਜਿੱਦਾਂ ਆਪਾਂ ਜਿੰਨੇ ਵੀ ਅੰਦਰ ਨੌਜਵਾਨ ਹੁੰਦੇ ਸੀਗੇ ਆਪਾਂ ਗੱਲ ਕਰਨੀ ਯਾਰ, ਜਿੱਦਾਂ ਦਿਲ ਤੜਫਦਾ ਹੁੰਦਾ ਸੀ ਕਦੋਂ ਯਾਰ ਬਾਹਰ ਜਾਵਾਂਗੇ ਅੰਦੋਲਨ ਵਿੱਚ ਪਹੁੰਚਾਂਗੇ। ਅਤੇ ਅੱਜ ਮੈਂ ਸਟੇਜ 'ਤੇ ਪਹੁੰਚਿਆ ਦੇਖ ਕੇ, ਜਿੱਦਾਂ ਮੈਂ ਪਹਿਲਾਂ ਵੀ ਇੱਕ ਗੱਲ ਕੀਤੀ ਸੀ ਕਿ ਪੁਲਿਸ ਮੇਰੀਆਂ ਚੀਕਾਂ ਨਹੀਂ ਕਢਾ ਸਕੀ, ਅਤੇ ਅੱਜ ਦੇਖ ਕੇ ਦਿਲ ਇੰਨਾ ਕੁ ਇੱਦਾਂ ਅੰਦਰੋਂ ਤਾਂ ਹਾਂ ਮਾਰਦਾ ਸੀਗਾ ਜਦੋਂ ਮੈਂ ਦੇਖਿਆ ਕਿ ਕੀ ਅੱਜ ਯਾਰ ਇਹ ਕੁਛ ਹੋ ਗਿਆ। ਉਦੋਂ ਜਦੋਂ ਮੈਂ ਸੀਗਾ ਐਨ ਪੂਰਾ ਮਹਾਰਾਜ ਦੀ ਕਿਰਪਾ ਨਾਲ ਪੂਰਾ ਇਕੱਠ ਸੀ, ਅਤੇ ਅੱਜ ਦੇਖ ਕੇ ਸੱਚੀ ਦਿਲ ਇੱਕ ਵਾਰ ਅੰਦਰੋਂ ਰੋਇਆ ਕਿ ਮਹਾਰਾਜ ਨੇ ਕਿਰਪਾ ਰੱਖੀ ਅਤੇ ਉਹ ਚੀਜ਼ ਬਾਹਰ ਨਹੀਂ ਆਉਂਦੀ ਅੱਖਾਂ ਰਾਹੀਂ। ਅਤੇ ਗੱਲ ਇੱਕ ਜ਼ਰੂਰੀ ਕਰਨੀ ਚਾਹੁੰਦਾ, ਚਲੋ ਮੈਂ ਇੰਨਾ ਤੁਹਾਡੇ ਯੋਗਾ ਮਤਲਬ ਇੰਨੀ ਤੁਹਾਡੇ ਰੂਬਰੂ ਗੱਲ ਤੁਹਾਡੇ ਸਾਹਮਣੇ ਹੋਇਆ ਸੀਗਾ, ਅਤੇ ਚਲੋ ਕਹਿੰਦੇ ਜੀ ਸੁਨੇਹਾ, ਹਰੇਕ ਕੋਈ ਕਹਿੰਦਾ ਸੁਨੇਹਾ, ਅਤੇ ਸੁਨੇਹਾ ਨਹੀਂ, ਮੈਂ ਬੇਨਤੀ ਇੱਕ ਕਰਨੀ ਚਾਹੁੰਦਾ, ਵੱਧ ਤੋਂ ਵੱਧ ਇੱਥੇ ਪਹੁੰਚੋ, ਜਿੱਦਾਂ ਆਉਣ ਵਾਲੀਆਂ ਨਸਲਾਂ ਯਾਦ ਰੱਖਣਗੀਆਂ ਕਿ ਸਾਡੇ ਲਈ ਸਾਡੇ ਬਜ਼ੁਰਗਾਂ ਨੇ ਇਹ ਕੀਤਾ ਸੀਗਾ। ਅਤੇ ਪੁਰਾਣੇ ਸਮਿਆਂ ਵਿੱਚ ਜਿੰਨਾ ਵੀ ਆਪਾਂ ਸਾਨੂੰ ਸਭ ਨੂੰ ਪਤਾ ਕਿ ਸਾਡੇ ਸਿੱਖਾਂ ਨੇ ਜਾਂ ਸਾਰੀਆਂ ਸਿੰਘਾਂ ਨੇ ਅਤੇ ਸਾਡੇ ਲਈ ਆਹ ਕੁਝ ਕੀਤਾ, ਅਤੇ ਅੱਜ ਆਪਾਂ ਯਾਦ ਕਰਦੇ ਹਾਂ। ਅਤੇ ਗਾਹਾਂ ਹੁਣ ਜੇ ਆਪਾਂ ਐਤਕੀ ਅੱਜ ਹੁਣ ਨਾ ਕਰ ਸਕੇ ਆਪਣੇ ਕਿਸਾਨੀ ਲਈ, ਅਤੇ ਆਉਣ ਵਾਲੀਆਂ ਨਸਲਾਂ ਸਾਨੂੰ ਇੰਨੀਆਂ ਕਲਾਣਤਾਂ ਪਾਉਣਗੀਆਂ, ਸ਼ਾਇਦ ਤੁਹਾਨੂੰ ਪਤਾ ਲੱਗੇ ਜਾਣਾ। ਅਤੇ ਇੱਕੋ ਹੋਰ ਬੇਨਤੀ ਕਰਦਾ ਜੀ ਆਖਰ ਵਿੱਚ, ਚਲੋ ਜੋ ਕੁਛ ਹੋਇਆ ਅੱਜ ਤੱਕ, ਕੋਈ ਕਹਿੰਦੇ ਆ ਜੀ ਆਪਾਂ ਇੱਧਰੋਂ ਆਏ ਜਾਂ ਕਿਸੇ ਨਾਲ ਐਸੇ ਜਥੇਬੰਦੀਆਂ ਕਿਸੇ ਨਾ ਕੁਛ ਇੱਦਾਂ, ਅਤੇ ਮੈਂ ਕਹਿੰਦਾ ਸਾਰੀਆਂ ਗੱਲਾਂ ਭੁੱਲੋ, ਠੀਕ ਹੈ, ਜੋ ਪਹਿਲਾਂ ਹੋਇਆ ਹੋਇਆ। ਅਤੇ ਹੁਣ ਗਾਂ ਆਪਾਂ ਹੁਣ ਕਿਸੇ ਨੂੰ ਇਹ ਨਹੀਂ ਦਿਖਾਉਣਾ ਕਿ ਇਹ ਜੀ ਆਪਸ 'ਚ ਇੱਦਾਂ ਕਰੀ ਜਾਂਦੇ ਆ, ਉਹ ਕਰੀ ਜਾਂਦੇ ਆ, ਅਤੇ ਉਹ ਸਾਰੀਆਂ ਗੱਲਾਂ ਛੱਡੋ ਜੀ, ਦੁਬਾਰਾ ਇਕਜੁੱਟ ਹੋਈਏ ਅਤੇ ਮੋਰਚੇ ਵਿੱਚ ਜੁੜੀਏ ਵੱਧ ਤੋਂ ਵੱਧ। ਅਤੇ ਮਹਾਰਾਜ ਕਿਰਪਾ ਕਰਨ, ਮੈਨੂੰ ਤੁਸੀਂ ਬੜਾ ਮਾਣ ਬਖਸ਼ਿਆ, ਮਹਾਰਾਜ ਹਉਮੈ ਤੋਂ ਬਚਾ ਕੇ ਰੱਖੇ, ਇਹੀ ਅਰਦਾਸ ਬੇਨਤੀ ਆ ਜੀ।